एवन पंजाबी देख रहे सारे दर्शकों का स्वागत है। मैं भुपिंदर सिंह लैके हाजिर हाँ करंट इशू। करंट इशू विच अज गल करांगे पटियाला दे मिनी सैक्रटेरिएट विच जिथे कि करोना नूं लैके दित्तियां गईयां सरकारी हदायतां दीयां शरेआम धज्जियां उड़ाईयां जा रहीयां ने। इस पूरे मामले ते जानकारी देण लई साडे नाल जुड़ चुके ने प्रीत रंधावा जी। आओ उन्हां नाल गल्लबात करदे हां ते लैंदे हां पूरी जानकारी। जी प्रीत रंधावा जी, की है पूरा मामला? ਅੱਜ ਅਸੀਂ ਆਰਟੀਓ ਆਫਿਸ ਪਟਿਆਲਾ ਮਿੰਨੀ ਸੈਕਟਰੀਟ ਗਏ ਸੀ ਤਾਂ ਉੱਥੇ ਸਾਨੂੰ ਦੇਖਣ ਨੂੰ ਮਿਲਿਆ ਕਿ ਜਿਹੜੇ ਚਲਾਨ ਭਰੇ ਜਾ ਰਹੇ ਨੇ ਆਮ ਜਨਤਾ ਨੂੰ ਉੱਥੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋਸ਼ਲ ਡਿਸਟੈਂਸਿੰਗ ਬਿਲਕੁਲ ਨਹੀਂ ਹੈਗੀ ਉੱਥੇ ਤਾਂ ਉਹਨਾਂ ਨੂੰ ਕਾਫੀ ਹਰਾਸਮੈਂਟ ਹੋ ਰਹੀ। ਜਿਹੜੇ ਕਿ 5-5 ਹਜ਼ਾਰ ਦਾ ਚਲਾਨ ਹੈ ਉਹ ਭੁਗਤਾਨ ਕਰੇ, ਲੇਕਿਨ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ। ਤੇ ਆਮ ਲੋਕ ਜਿਹੜੇ ਕਿ ਚਲਾਨ ਆਪਣਾ ਭੁਗਤਾਨ ਕਰਵਾਉਣ ਆਏ ਸਨ, ਉਹਨਾਂ ਦਾ ਕੀ ਕਹਿਣਾ ਹੈ? ਜਦੋਂ ਸਾਡੇ ਉੱਥੇ ਜਿਹੜੇ ਚਲਾਨ ਭੁਗਤਾਨ ਕਰਨ ਆਏ ਸੀ ਉਹਨਾਂ ਨੇ ਜਦੋਂ ਸਾਡਾ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਸਵੇਰ ਦੇ 8 ਵਜੇ ਤੇ ਆਏ ਹੋਏ ਆ, 2 ਵਜ ਚੁੱਕੇ ਨੇ, ਹਜੇ ਤੱਕ ਸਾਡਾ ਚਲਾਨ ਨਹੀਂ ਭੁਗਤਿਆ ਗਿਆ ਜੀ। ਤੇ ਉੱਥੇ ਆਰਟੀਓ ਆਫਿਸ ਦੇ ਅਧਿਕਾਰੀਆਂ ਦਾ ਕੀ ਕਹਿਣਾ ਇਸ ਮਾਮਲੇ ਨੂੰ ਲੈ ਕੇ? ਜਿਹੜੇ ਉੱਥੇ ਮੁਲਾਜ਼ਮ ਬੈਠੇ ਹੋਏ ਸੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਬਾਰ ਬਾਰ ਕਹਿ ਰਹੇ ਹਾਂ ਕਿ ਤੁਸੀਂ ਆਪਣਾ ਸੋਸ਼ਲ ਡਿਸਟੈਂਸ ਰੱਖੋ, ਲਾਈਨਾਂ ਲਵਾ ਰਹੇ ਹਾਂ, ਲੇਕਿਨ ਉੱਥੇ ਲਾਈਨਾਂ ਲਗਾਈਆਂ ਹੀ ਨਹੀਂ ਜਾ ਰਹੀਆਂ ਸੀ। ਕੋਈ ਮੁਲਾਜ਼ਮ ਨਹੀਂ ਖੜਾ ਸੀ, ਕੋਈ ਹਦਾਇਤਾਂ ਨਹੀਂ ਦਿੱਤੀਆਂ ਜਾ ਰਹੀ, ਸੋਸ਼ਲ ਡਿਸਟੈਂਸ ਨਹੀਂ ਰੱਖੀ ਗਈ ਸੀ। ਔਰ ਉੱਥੇ ਸਭ ਤੋਂ ਵੱਡੀ ਗੱਲ ਹੈ, ਪਾਣੀ ਦੇ ਪੀਣ ਦਾ ਪ੍ਰਬੰਧ ਜਿਹੜਾ ਕੀਤਾ ਗਿਆ ਸੀ ਉਹ ਵੀ ਬਹੁਤ ਗਰਮ ਸੀ, ਗਰਮੀ ਬਹੁਤ ਪੈ ਰਹੀ ਸੀ, ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਾਫੀ ਕਰਨਾ ਪੈ ਰਿਹਾ ਸੀ ਜੀ। ਉੱਥੇ ਆਰਟੀਓ ਦੇ ਉੱਚ ਅਧਿਕਾਰੀਆਂ ਦਾ ਕੀ ਕਹਿਣਾ ਇਸ ਮਾਮਲੇ ਨੂੰ ਲੈ ਕੇ? ਜਦੋਂ ਅਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਸਾਨੂੰ ਉੱਥੇ ਉਹਨਾਂ ਨਾਲ ਸੰਪਰਕ ਨਹੀਂ ਹੋ ਰਿਹਾ, ਪਰ ਜਦੋਂ ਤੱਕ ਸੰਪਰਕ ਹੋਏਗਾ ਅਸੀਂ ਤੁਹਾਡੇ ਕੋਲ ਅਗਲੀ ਅਪਡੇਟ ਲੈ ਕੇ ਜ਼ਰੂਰ ਆਵਾਂਗੇ, ਕਿਉਂਕਿ ਸਭ ਤੋਂ ਵੱਡੀ ਹਰਾਸਮੈਂਟ ਜਨਤਾ ਨੂੰ ਹੋ ਰਹੀ ਹੈ ਕੋਰੋਨਾ ਵਾਇਰਸ ਦੇ ਤਹਿਤ, ਜਿਹੜਾ ਕਿ ਲੋਕਾਂ ਕੋਲ ਪਹਿਲਾਂ ਹੀ ਕਾਰੋਬਾਰ ਨਹੀਂ ਹੈ, ਚਲਾਨ ਕੱਟੇ ਜਾ ਰਹੇ ਨੇ, 5-5 ਹਜ਼ਾਰ ਦਾ ਚਲਾਨ ਹੈਗਾ। ਦੂਸਰਾ, ਜਦੋਂ ਭੁਗਤਾਨ ਕਰਨ ਜਾਂਦੇ ਨੇ ਸਭ ਤੋਂ ਵੱਡੀ ਕਿ ਉੱਥੇ ਉਹਨਾਂ ਨੂੰ ਦਿੱਕਤਾਂ ਆ ਰਹੀਆਂ, ਗਰਮੀ ਬਹੁਤ ਪੈ ਰਹੀ ਹੈ, ਤੁਹਾਨੂੰ ਪਤਾ ਹੀ ਕਿ ਪਟਿਆਲਾ ਦਾ ਟੈਂਪਰੇਚਰ ਕਿੰਨਾ ਜ਼ਿਆਦਾ ਚੱਲ ਰਿਹਾ, ਤਾਂ ਇਸ ਕਰਕੇ ਲੋਕਾਂ ਨੂੰ ਕਾਫੀ ਹਰਾਸਮੈਂਟ ਹੋ ਰਹੀ ਹੈ, ਉਹਨਾਂ ਦਾ ਵੀ ਸੋਲੂਸ਼ਨ ਨਹੀਂ ਨਿਕਲ ਰਿਹਾ ਤਾਂ ਲੋਕ ਪਰੇਸ਼ਾਨ ਹੋ ਰਹੇ ਨੇ ਜੀ। ਮੈਮ ਬਿਲਕੁਲ, ਤੇ ਇਸ ਸਾਰੇ ਮਾਮਲੇ ਤੇ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਮ। ਸੋ ਇਹ ਸੀ ਪੂਰਾ ਮਾਮਲਾ ਪਟਿਆਲਾ ਦੇ ਮਿੰਨੀ ਸੈਕਟਰੀਏਟ ਦੇ ਆਰਟੀਓ ਦਫ਼ਤਰ ਦਾ, ਜਿੱਥੇ ਸਰਕਾਰੀ ਹਦਾਇਤਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਕੋਈ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਤੇ ਕਿਸੇ ਵੀ ਆਮ ਨਾਗਰਿਕ ਵੱਲੋਂ ਮਾਸਕ ਨਹੀਂ ਪਹਿਨਿਆ ਗਿਆ ਸੀ। ਹਾਂਜੀ ਸਰ, ਚਲਾਨ ਪੇਸ਼ ਕੀਤੇ ਜਾ ਰਹੇ ਨੇ। ਹਾਂਜੀ ਹਾਂਜੀ ਹਾਂ ਸਰ, ਇਹ ਤੇ ਸੋਸ਼ਲ ਡਿਸਟੈਂਸਿੰਗ ਦਾ ਕੀ ਤੁਸੀਂ ਰੱਖਿਆ ਪਿਆ? ਲਾਈਨਾਂ ਲਗਵਾਈਆਂ ਤੁਸੀਂ? ਹਾਂਜੀ ਮੈਡਮ, ਹਾਂਜੀ ਲਾਈਨਾਂ ਲੱਗੀਆਂ ਵੀ ਆ ਮੈਡਮ, ਚਲਾਨ ਫੜੇ ਹੋਏ ਨੇ ਜੀ, ਬਾਕੀ ਸਾਰੇ ਬਿਠਾਤੇ, ਜਿਹੜੇ ਆ ਕੇ ਚਲਾਨ ਦੇਈ ਜਾਂਦੇ ਜੀ। ਨਹੀਂ, ਜਿਹੜੇ ਬਾਹਰ ਸੋਸ਼ਲ ਡਿਸਟੈਂਸ ਨਹੀਂ ਰੱਖਿਆ ਹੋਇਆ ਉਹਨਾਂ ਨੇ? ਮੈਮ ਹੁਣ 4 ਵਾਰੀ ਕਹਿਤਾ ਜੀ, ਹੁਣ ਥੋੜੇ ਇਕੱਠੇ ਹੋ ਜਾਂਦੇ ਨੇ, ਫਿਰ ਕਹਿਣਾ ਸਾਰਿਆਂ ਦੇ ਮਾਸਕ ਪਾ ਕੇ ਖੜੇ ਤਾਂ ਨਹੀਂ ਗਏ ਜੀ। ਜਦ ਇਸ ਪੂਰੇ ਮਾਮਲੇ ਤੇ ਸਾਡੇ ਪੱਤਰਕਾਰ ਵੱਲੋਂ ਆਰਟੀਓ ਦੇ ਉੱਚ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ। ਸੋ ਇਹ ਸੀ ਹੁਣ ਤੱਕ ਦੀ ਨਵੀਂ ਅਪਡੇਟ। ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਏਵਨ ਪੰਜਾਬੀ ਦੇ ਨਾਲ। ਮੈਂ ਆਪਣੇ ਇਹ ਮੋਢਿਆਂ ਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ ਜੀ। ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।